ਅੱਜ ਤੁਹਾਡੇ ਨਾਲ ਇਹੋ ਜਿਹਾ ਮਾਮਲਾ ਸਾਂਝਾ ਕਰਨ ਜਾ ਰਹੇ ਹਾਂ ਜੋ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਬੱਚਿਆਂ ਦੀ ਜ਼ਿੰਦਗੀ ਨੂੰ ਸੇਧ ਦੇਣ ਵਾਲੇ ਅਧਿਆਪਕ ਇਹ ਕਿਵੇਂ ਕਰ ਸਕਦੇ ਹਨ? ਇਸ ਮਾਮਲੇ 'ਚ ਸਰਕਾਰੀ ਅਧਿਆਪਕ ਜੋ ਕਿ ਪਤੀ ਪਤਨੀ ਨੇ ਇਹੋ ਜਿਹਾ ਕਾਰਾ ਕਰ ਦਿੱਤਾ ਕਿ ਪੁਲਿਸ ਦੋਨਾਂ ਸਰਕਾਰੀ ਅਧਿਆਪਕ ਮੀਆਂ ਬੀਵੀ ਦੀ ਭਾਲ ਕਰ ਰਹੀ ਹੈ। ਇਸ ਪੂਰੀ ਮਾਮਲੇ ਦੀ ਜਾਂਚ ਜਦੋਂ ਪੁਲਿਸ ਅਤੇ ਸਿੱਖਿਆ ਵਿਭਾਗ ਨੇ ਕੀਤੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਆਓ ਵੇਖਦੇ ਹਾਂ ਕੀ ਆ ਪੂਰਾ ਮਾਮਲਾ। ਅੱਜ ਤੁਹਾਡੇ ਨਾਲ ਇਹੋ ਜਿਹਾ ਮਾਮਲਾ ਸਾਂਝਾ ਕਰਨ ਜਾ ਰਹੇ ਹਾਂ ਜਿਸ ਵਿੱਚ ਦੋ ਸਰਕਾਰੀ ਅਧਿਆਪਕਾਂ ਨੇ ਸਰਕਾਰ ਨੂੰ 9.31 ਕਰੋੜ ਰੁਪਏ ਦਾ ਚੂਨਾ ਲਗਾ ਦਿੱਤਾ। ਦਰਅਸਲ ਰਾਜਸਥਾਨ ਦੇ 12 ਜ਼ਿਲ੍ਹੇ 'ਚ ਸਰਕਾਰੀ ਟੀਚਰਾਂ ਨੇ ਸਕੂਲ ਵਿੱਚ ਪੜ੍ਹਾਉਣ ਵਾਲੇ ਅੱਗੇ ਡੰਮੀ ਅਧਿਆਪਕ ਰੱਖੇ ਹੋਏ ਸਨ। ਅਧਿਆਪਕ ਜੋੜੇ ਖਿਲਾਫ਼ 9.31 ਕਰੋੜ ਰੁਪਏ ਦੀ ਵਸੂਲੀ ਲਈ ਸਦਰ ਥਾਣੇ 'ਚ FIR ਦਰਜ ਕੀਤੀ ਗਈ ਹੈ। ਇਹ FIR ਸਿੱਖਿਆ ਵਿਭਾਗ ਦੇ PEO ਪੰਚਾਇਤ ਸਿੱਖਿਆ ਅਧਿਕਾਰੀ ਅਨਿਲ ਗੁਪਤਾ ਵੱਲੋਂ ਸਦਰ ਥਾਣੇ ਵਿੱਚ ਦਰਜ ਕਰਵਾਈ ਗਈ ਹੈ। ਪਿਛਲੇ 20 ਸਾਲਾਂ ਤੋਂ ਇਹ ਅਧਿਆਪਕ ਜੋੜਾ ਸ਼ਹਿਰ ਦੇ ਨਜ਼ਦੀਕੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਰਾਜਪੁਰਾ ਵਿੱਚ ਤੈਨਾਤ ਸੀ। ਵਿਸ਼ਨੂੰ ਗਰਗ 1996 ਤੋਂ ਅਤੇ ਉਹਨਾਂ ਦੀ ਪਤਨੀ ਮੰਜੂ ਗਰਗ 1999 ਤੋਂ ਇਸ ਸਕੂਲ ਵਿੱਚ ਤੈਨਾਤ ਸਨ। ਇਹਨਾਂ ਦੋਵਾਂ ਨੇ ਵਿਦਿਆਰਥੀਆਂ ਨੂੰ ਖੁਦ ਪੜ੍ਹਾਉਣ ਦੀ ਬਜਾਏ ਸਕੂਲ ਵਿੱਚ ਡੰਮੀ ਅਧਿਆਪਕ ਰੱਖੇ ਹੋਏ ਸਨ। 2017 ਵਿੱਚ ਅਚਨਚੇਤ ਨਿਰੀਖਣ ਦੌਰਾਨ ਇਹਨਾਂ ਅਧਿਆਪਕਾਂ ਦੀਆਂ ਕਰਤੂਤਾਂ ਫੜੀਆਂ ਗਈਆਂ ਸਨ, ਪਰ ਇਨਕਰੀਮੈਂਟ ਰੋਕ ਕੇ ਮਾਮਲਾ ਰਫਾ ਦਫਾ ਕਰ ਦਿੱਤਾ ਗਿਆ ਸੀ। ਰਾਜਸਥਾਨ 'ਚ ਭਾਜਪਾ ਦੀ ਭਜਨ ਲਾਲ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਵਿਭਾਗ ਨੇ ਦੋਵੇਂ ਡੰਮੀ ਅਧਿਆਪਕਾਂ 'ਤੇ ਸ਼ਿਕੰਜਾ ਕੱਸ ਦਿੱਤਾ ਸੀ। ਸਦਰ ਥਾਣਾ ਪੁਲਿਸ ਅਤੇ ਸਿੱਖਿਆ ਵਿਭਾਗ ਨੇ ਸਾਂਝੀ ਛਾਪੇਮਾਰੀ ਵਿੱਚ ਇਹਨਾਂ ਦੋ ਡੰਮੀ ਅਧਿਆਪਕਾਂ ਦੀ ਥਾਂ ਇੱਥੇ ਪੜ੍ਹਾਉਂਦੇ 3 ਹੋਰ ਅਧਿਆਪਕਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਅਧਿਆਪਕ ਜੋੜਾ ਆਪਣੀ ਗ੍ਰਿਫਤਾਰੀ ਦੇ ਡਰੋਂ ਫਰਾਰ ਹੋ ਗਿਆ ਸੀ। ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਅਤੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਵੀ ਬਿਆਨ ਦਿੱਤਾ ਸੀ ਕਿ ਅਜਿਹੇ ਅਧਿਆਪਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਰਾਜਸਥਾਨ ਵਿੱਚ ਇੱਕ ਮਿਸਾਲ ਬਣ ਸਕੇ। ਜਾਂਚ ਵਿੱਚ ਪੁਲਿਸ ਵਿਭਾਗ ਨੇ ਸਿੱਖਿਆ ਵਿਭਾਗ ਤੋਂ ਜੋੜੇ ਵੱਲੋਂ ਹੁਣ ਤੱਕ ਲਈਆਂ ਗਈਆਂ ਤਨਖਾਹਾਂ ਬਾਰੇ ਜਾਣਕਾਰੀ ਮੰਗੀ ਸੀ। ਸਿੱਖਿਆ ਵਿਭਾਗ ਵੱਲੋਂ ਜੋੜੇ ਕੋਲੋਂ ਕੁੱਲ 9,31,50,373 ਰੁਪਏ ਤਨਖਾਹ ਵਜੋਂ ਦਿੱਤੇ ਗਏ ਸਨ। ਵਿਸ਼ਨੂੰ ਗਰਗ ਨੂੰ 4,92,69,146 ਰੁਪਏ ਅਤੇ ਮੰਜੂ ਗਰਗ ਨੂੰ 4,38,81,227 ਰੁਪਏ ਦਿੱਤੇ ਗਏ ਸਨ। ਸਿੱਖਿਆ ਵਿਭਾਗ ਨੇ ਇਸ ਤੋਂ ਪਹਿਲਾਂ ਸਰਕਾਰੀ ਫੰਡਾਂ ਦੀ ਗਬਨ ਕਰਨ ਅਤੇ ਸਿੱਖਿਆ ਵਿਭਾਗ ਨਾਲ ਧੋਖਾਧੜੀ ਕਰਕੇ ਪੈਸੇ ਲੈਣ ਦੇ ਦੋਸ਼ ਵਿੱਚ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਸੀ। ਇਸ ਰਕਮ ਦੀ ਵਸੂਲੀ ਸੰਬੰਧੀ ਸਿੱਖਿਆ ਵਿਭਾਗ ਅਤੇ ਪੰਚਾਇਤ ਅਫਸਰ ਅਨਿਲ ਗੁਪਤਾ ਨੇ ਸਦਰ ਥਾਣੇ ਵਿੱਚ FIR ਕਰਵਾਈ ਸੀ। ਉੱਧਰ ਇਸ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪਿਊਸ਼ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਡਾਇਰੈਕਟੋਰੇਟ ਪੱਧਰ 'ਤੇ ਚੱਲ ਰਹੀ ਹੈ। ਉਹਨਾਂ ਨੇ ਇਸ ਜਾਂਚ ਦੀ ਮੁਕੰਮਲ ਹੋਣ ਦੀ ਜਾਣਕਾਰੀ ਹਾਲੇ ਨਹੀਂ ਦਿੱਤੀ ਹੈ। ਫਿਲਹਾਲ ਪੁਲਿਸ ਅਤੇ ਸਿੱਖਿਆ ਵਿਭਾਗ ਇਸ ਭਗੌੜੇ ਅਧਿਆਪਕ ਜੋੜੇ ਨੂੰ ਸਖ਼ਤੀ ਦਿਖਾਉਂਦੇ ਨਜ਼ਰ ਆ ਰਹੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਅਧਿਆਪਕ ਜੋੜਾ ਕਦੋਂ ਪੁਲਿਸ ਦੇ ਹੱਥੇ ਚੜ੍ਹਦਾ। 12 ਜ਼ਿਲ੍ਹੇ ਵਿੱਚ ਅਧਿਆਪਕ ਜੋੜਾ ਬਹੁਤ ਪ੍ਰਭਾਵ ਰੱਖਦਾ, ਹਾਲਾਂਕਿ ਇਹ ਵੇਖਣਯੋਗ ਹੋਵੇਗਾ ਕਿ ਅਧਿਆਪਕ ਜੋੜਾ ਪੁਲਿਸ ਦੇ ਕਦੋਂ ਗ੍ਰਿਫਤ ਵਿੱਚ ਆਉਂਦਾ ਹੈ। ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ? ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ। ਹੋਰ ਤਾਜ਼ਾ ਜਾਣਕਾਰੀਆਂ ਅਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ TV।